ਹੁਣ 5 ਪੁਆਇੰਟ ਦੇ ਕੇ ਆਪਾਂ ਸਿੱਧੂ ਭਾਈ ਦੇ ਲੈਵਲ ਗਾਣਾ ਲਵਾਇਆ ਵਾ। ₹8 ਲੱਖ ਰੁਪਏ ਦਾ ਸ਼ੂਜ਼ ਹੈ, ₹8 ਲੱਖ ਰੁਪਏ ਦਾ। ਸਾਹਮਣੇ ਬੁੱਲ ਕਿੰਨਾ ਕੈਂਡ ਬਣਾ ਯਾਰ, ਹੈਡ ਮੂਵ ਕਰਦਾ ਨਾਲ ਨਾਲ ਅੱਖਾਂ ਵੀ। ਆਸਟ੍ਰੇਲੀਆ ਦੇ ਵਿੱਚ ਸਨਸਕ੍ਰੀਨ ਲਾਉਣੀ ਪੈਂਦੀ ਸੀ, ਇੱਥੇ ਆ ਗਈ ਅਨੀਮੀਆ। ਇੱਥੇ ਨਾ ਦਿਨ ਦਾ ਬੜਾ ਚੱਕਰ ਆ ਯਾਰ, 4 ਵਜੇ ਦਿਨ ਢਲ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਠੀਕ ਆ ਸਾਰੇ? ਅਤੇ ਟਾਈਮ 2:30 ਵੱਜ ਰਿਹਾ, ਕੱਲ੍ਹ ਯਾਰ ਵਲੋਗ ਅਪਲੋਡ ਕਰ ਦੇਣਾ, 5 GB ਦਾ ਵਲੋਗ ਸੀ। ਅਤੇ ਇੱਥੇ ਨਾ ਅਪਲੋਡਿੰਗ ਸਪੀਡ ਬਹੁਤ ਘੱਟ ਆ, 2 Mbps ਪਰ ਸੈਕਿੰਡ ਦੀ ਸਪੀਡ ਆ। ਅਤੇ 2.5 ਘੰਟੇ ਲੱਗ ਗਏ, ਰਾਤੀ 5 ਵਜੇ ਸੁੱਤੇ ਸੀ ਅਤੇ 11 ਵਜੇ ਉੱਠਿਆ, ਹੁਣ ਟਾਈਮ 2:30 ਵੱਜ ਗਿਆ, ਰੈਡੀ ਸ਼ਰੀ ਹੋ ਗਏ ਹਾਂ। ਅਤੇ ਹਰਮਨ ਕੰਮ 'ਤੇ ਗਿਆ ਹੋਇਆ ਵਾ, ਹਰਮਨ ਦੇ ਕੰਮ ਤੋਂ ਆਉਣ ਤੋਂ ਪਹਿਲਾਂ ਇੱਥੇ ਲੱਗੇ ਗੁਰਦੁਆਰਾ ਸਾਹਿਬ ਆ, ਗੁਰੂ ਨਾਨਕ ਗੁਰਦੁਆਰਾ ਸਾਹਿਬ। ਸੋ ਉੱਥੇ ਜਾ ਕੇ ਦਰਸ਼ਨ ਕਰਕੇ ਆਉਂਦੇ ਹਾਂ ਅਤੇ ਫਿਰ ਅੱਗੇ ਚੱਲਾਂਗੇ ਅੱਜ ਸੋਹੋ ਰੋਡ, ਜਿੱਥੇ ਕਹਿੰਦੇ ਕਿ ਪੂਰੀ ਆ ਪੰਜਾਬ ਵਾਲੀ ਫੀਲ ਹੁੰਦੀ, ਸਾਰੇ ਬੈਂਕ ਹੈਗੇ ਉੱਥੇ, ਇੱਕ ਮੂਸੇਵਾਲ ਦੀ ਫੋਟੋ ਵੀ ਬਣੀ ਪਈ ਆ। ਸੋ ਸਾਰਾ ਜੋ ਐਕਸਪਲੋਰ ਕਰਕੇ ਆਵਾਂਗੇ, ਬਟ ਉਸ ਤੋਂ ਪਹਿਲਾਂ ਡਰੋਨ ਫਲਾਈ ਕੀਤੇ ਹਾਂ, ਬੜੀ ਦੇਰ ਹੋ ਗਈ ਯਾਰ ਡਰੋਨ ਫਲਾਈ ਕਰਦੇ, ਤੁਹਾਨੂੰ ਇੱਧਰ ਸਾਰਾ ਵਿਊ ਦਿਖਾਉਂਦੇ ਹਾਂ। ਅਤੇ ਵੈਲਕਮ ਟੂ ਚੈਨਲ ਗਾਇਸ, ਆਈ ਹੋਪ ਤੁਸੀਂ ਹੈ ਕੈਂਡ ਬੀਬਾ ਵੀ ਬਸ ਨਾ ਆ ਰਿਹਾ, ਰੈਡੀ ਸ਼ਰੀ ਹੋ ਰਿਹਾ, ਮੈਂ ਕਹਿੰਦਾ ਮੈਂ ਡਰੋਨ ਉਡਾ ਲਾਂ। ਬਾਕੀ ਵੈਦਰ ਦੇ ਹਾਲ ਦੱਸੀਏ ਤਾਂ ਵੈਦਰ ਤੁਹਾਨੂੰ ਪਤਾ ਹੀ ਹੈ ਯਾਰ, ਇੱਥੋਂ ਦਾ ਜਿਹੜੇ UK ਰਹਿੰਦੇ ਆ, ਇੱਥੇ ਤਾਂ ਮੀਂਹ ਧੁੱਪ ਬਹੁਤ ਰੇਅਰ ਨਿਕਲਦੀ ਆ, ਉਹ ਵੀ ਨਿਕਲੂਗੀ ਤਾਂ 1-2 ਘੰਟੇ ਨਿਕਲੂਗੀ, 3:30 ਵਜੇ ਹਨੇਰਾ ਹੋ ਜਾਂਦਾ ਵਾ। ਸੋ ਵੈਦਰ ਇੱਧਰ ਰਹਿੰਦਾ, ਹੁਣ ਕੁਛ ਪਤਾ ਨਹੀਂ ਆ, ਹੁਣ ਇਹ ਭਾਵੇਂ 1 ਮਿੰਟ ਬਾਅਦ ਮੀਂਹ ਪੈਣਾ ਸਟਾਰਟ ਹੋਏ, ਸਵੇਰ ਤਾਂ ਜੋ ਮੀਂਹ ਪਿਆ ਬਣਿਆ ਅਤੇ ਬੁਰੇ ਹਾਲ ਹੋਏ ਆ। ਅਤੇ ਥੱਲਿਓ ਇਨਰਵੇਅਰ ਕਰ ਲਿਆ, ਕਿਉਂਕਿ ਯਾਰ ਇਹਨਾਂ ਤੋਂ ਬਿਨਾਂ ਬੜਾ ਔਖਾ, ਬਾਹਰ ਤਾਂ ਬਹੁਤ ਠੰਡ ਹੁੰਦੀ ਹੈ, ਘਰਾਂ ਦੇ ਵਿੱਚ ਤਾਂ ਚਲੋ ਹੀਟਰ ਹੁੰਦੇ ਆ, ਅੰਦਰ ਜਾ ਕੇ ਗਰਮੀ ਲੱਗ ਪੈਂਦੀ ਆ, ਬਟ ਬਾਹਰ ਉਹ ਜੋ ਲਾ ਲਓ ਕਿ ਠੰਡੀ ਹਵਾ ਚੱਲਦੀ ਹੈ ਨਾ, ਬੁਰੇ ਹਾਲ ਕਰਾ ਦਿੰਦੀ ਹੈ, ਕੋਈ ਚੱਕਰ ਨਹੀਂ ਆ। ਅਤੇ ਹੁਣ ਆਪਾਂ ਡਰੋਨ ਫਲਾਈ ਕਰਦੇ ਹਾਂ, ਬੜੀ ਦੇਰ ਹੋਈ ਹੈ ਡਰੋਨ ਫਲਾਈ ਕੀਤੇ ਨੂੰ। ਇੱਥੇ ਲਿਆਉਂਦੇ ਲਿਆਉਂਦੇ ਨਾ, ਹਾਂ ਯਾਰ ਇਹਦਾ ਗਾਰਡ ਵੀ ਕਰੈਕ ਹੋ ਗਿਆ ਵਾ। ਮੋਟਰ ਦੀ ਇੱਕ ਮਿੰਟ ਮੁੰਡਿਆ
ਦੇਖੋ ਦੇਖ ਲਾ ਪੀਆਰ ਕਾਰਡ ਹੈਗਾ ਤੇ ਪੀਆਰ ਆ ਮੈਂ ਤੇ ਪੀਆਰ ਹੈਗਾ ਵੀਰ ਜੀ ਮੈਂ ਲਾਇਸੈਂਸ ਕਰੋ ਭਰਨਾ ਹੀ ਲੋਕੀ ਫੇਲ ਹੁੰਦੇ ਆ ਜਾਂ ਪਾਸ ਹੁੰਦੇ ਆ ਇਹ ਭਾਜੀ ਟਾਈਮ ਤੇ ਪਹੁੰਚੇ ਨੀ ਕਦੀ ਹੁਣ ਘਰੋਂ ਨਿਕਲ ਗਏ ਆ ਗੁਰਦੁਆਰਾ ਸਾਹਿਬ ਵੱਲ ਨੂੰ ਮੱਥਾ ਟੇਕ ਕੇ ਆਉਂਦੇ ਆ ਚੱਪਲਾਂ ਹੀ ਪਾ ਕੇ ਨਿਕਲ ਗਏ ਅੱਜ ਠੰਡ ਥੋੜੀ ਘੱਟ ਆ ਪਰ ਇਹਨੇ ਆ ਵੇਖੋ ਤਿੰਨ ਚਾਰ ਚੀਜ਼ਾਂ ਪਾਈਆਂ ਨੇ ਮੈਂ ਥੱਲੇ ਵਾਰਮਰ ਪਾਇਆ ਵਾ ਤੇ ਬਸ ਇਹਨਾਂ ਨੇ ਨਿੱਘ ਆ ਰਿਹਾ ਵਾ ਤੇ ਯਾਰ ਇਸ਼ਪ੍ਰੀਤ ਦਾ ਪਰਨਾ ਇੰਨਾ ਸੋਹਣਾ ਲੱਗਣਾ ਮੈਨੂੰ ਚੈੱਕ ਕਰਿਓ ਪਹਿਲੀ ਵਾਰੀ ਪਰਨੇ ਵੇਖਿਆ ਸੋਹਣਾ ਲੱਗਦਾ ਯਾਰ ਬੰਨਿਆ ਕਰੋ ਇੱਥੇ ਉਹੀ ਟਾਈਮ ਟੀਮ ਹੋਣਾ ਘੱਟ ਹੁੰਦਾ ਕੰਮ ਕੁੰਮ ਤੇ ਜਾਣਾ ਤਾਂ ਕਰਕੇ ਬੰਦਾ ਘੱਟ ਪਾਉਂਦਾ ਵਾ ਪਰ ਵੀਕਐਂਡ ਜਦੋਂ ਕਿਤੇ ਘੁੰਮਣ ਫਿਰਨ ਜਾਓ ਹਨਾ ਫਿਰ ਬੰਦਾ ਟੋਰ ਕੱਢ ਲੈਂਦਾ ਵਾ ਹੈਂ ਉਦੋਂ ਤਾਂ ਪੱਗ ਬੰਨ ਕੇ ਚਾਹੀਦਾ ਫਿਰ ਓਕੇ ਪੱਗ ਬੰਨਾਂਗੇ ਯਾਰ ਕੱਲ ਵੀਕਐਂਡ ਤੇ ਬੰਨਾਂਗੇ ਕਿਉਂ ਨਾ ਬਣਾ ਯਾਰ ਬੀਬਾ ਇੰਨਾ ਕਿ ਜ਼ਿਆਦਾ ਡਰਦਾ ਇਹਨਾਂ ਤੇ ਪੁਲਿਸ ਦੀ ਗੱਡੀ ਵੇਖ ਕੇ ਨਾਲ ਹੀ ਇਹਦੀ ਹਵਾ ਟਾਈਟ ਹੋ ਜਾਂਦੀ ਪਤਾ ਨਹੀਂ ਕਿਉਂ ਮੇਰੇ ਕੋਲ ਹਲੇ ਵੀਆਰਪੀ ਕਾਰਡ ਵੀ ਹੈਗਾ ਹੁਣ ਮੇਰੇ ਕੋਲ ਡਰਾਈਵਿੰਗ ਲਾਇਸੈਂਸ ਆ ਗਿਆ ਹੋਰ ਮਹੀਨੇ ਬਾਅਦ ਲਾਇਸੈਂਸ ਆ ਜਾਣਾ ਵੀਰੇ ਟੈਨਸ਼ਨ ਫ੍ਰੀ ਤੇ ਪੀਆਰ ਹੀ ਪੀਆਰ ਆ ਟੈਨਸ਼ਨ ਫ੍ਰੀ ਰੋ ਸਪਾਂਸਰ ਮੇਰੇ ਕੋਲ ਆਉਣੀ ਆ ਸਾਰੀਆਂ ਹੁਣ ਮੈਂ ਟੂਰਿਸਟ ਵੀ ਤਾਂ ਆ ਕੋਈ ਚੱਕਰ ਹੀ ਨਹੀਂ ਆ ਜੇ ਤੁਸੀਂ ਖੁਦ ਖਰਾਬੀ ਨਹੀਂ ਕੀ ਕਰਦੇ ਕਿ ਹਲੇ ਇਹਨਾਂ ਦੀ ਡਿਮਾਂਡ ਸੀ ਵੀਰ ਕੋਟ ਪੈਂਟ ਲੈ ਕੇ ਆਈ ਇੱਕ ਉਹ ਤਾਂ ਆਉਂਦੇ ਆਉਂਦੇ ਇਕੱਠਾ ਹੋ ਜਾਣਾ ਸੀ ਸਾਰਾ ਕੀ ਕੰਮ ਮਿਲਣ ਨਹੀਂ ਦਿਆ ਉੱਥੇ ਲਾ ਕੇ ਰਿਸੈਪਸ਼ਨ ਤੇ ਬਹਿਣਾ ਸੀ ਕਹਿੰਦਾ ਕੰਮ ਮਿਲਣ ਨਹੀਂ ਦਿਆ ਉੱਥੇ ਕਿਹੜਾ ਰਿਸੈਪਸ਼ਨ ਤੇ ਬਹਿਣਾ ਹੁੰਦਾ ਬੇਸਿਕਲੀ ਜ਼ਿਆਦਾ ਮੁਸਲਿਮ ਲੋਕ ਰਹਿੰਦੇ ਆ ਪੰਜਾਬੀ ਵੀ ਹੈਗੇ ਆ ਪਰ ਮੈਜੋਰਿਟੀ ਮੁਸਲਿਮ ਰਹਿੰਦੇ ਆ ਤਾਂ ਕਰਕੇ ਦੁਕਾਨਾਂ ਵੀ ਹਲਾਲ ਹਲਾਲ ਚਿਕਨ ਦੀਆਂ ਵਾ ਹਲਾਲ ਬਿਰਿਆਨੀ ਸਾਰੀ ਚੀਜ਼ਾਂ ਵਾ ਬੋਰੋ ਪਲੱਸ ਪੂਰਾ ਜਿਵੇਂ ਸੁਲਤਾਨ ਮੈਨੂੰ ਮਾਰਕੀਟ ਨਹੀਂ ਹੈ ਉਹ ਇਹਦਾ ਮਾਹੌਲ ਹੈ ਇੱਥੇ ਆਹ ਗਰੋਸਰੀ ਸਟੋਰ ਇੱਥੇ ਮਿਲ ਜਾਣੀ ਆ ਇੱਥੇ ਕੁਰਕਰੇ ਵੀ ਮਿਲਦੇ ਆ ਇੰਡੀਆ 20 ਰੁਪਏ ਦਾ ਪੈਕਟ ਆ 2 40 ਦੇ ਬਟ ਇੱਥੇ 150 ਰੁਪਏ ਦੇ ਆ ਇੰਪੋਰਟਡ ਆ ਨਾ ਤਾਂ ਕਰਕੇ ਗਰੋਸਰੀ ਕਰਨ ਵੀ ਆਵਾਂਗੇ ਹਲੇ ਗਰੋਸਰੀ ਪਈ ਹੈ 2-3 ਦਿਨਾਂ ਤੱਕ ਫਿਰ ਇੱਕ ਗਰੋਸਰੀ ਦਾ ਵਲੋਗ ਹੀ ਬਣਾਵਾਂਗੇ ਇਹ ਮੈਂਡੇਟਰੀ ਆ ਯਾਰ ਜਦੋਂ ਕਿਤੇ ਬੰਦਾ ਬਾਹਰ ਜਾਂਦਾ ਗਰੋਸਰੀ ਵਲੋਗ ਤਾਂ ਚਾਹੀਦਾ ਚਾਹੀਦਾ ਵਾ ਖੁਸ਼ਕੀ ਬੜੀ ਹੋ ਜਾਂਦੀ ਆ ਤਾਂ ਕਰਕੇ ਇਹ ਆਈ ਆ 199 ਪਾਉਂਡ ਦੇ ਆਸਟ੍ਰੇਲੀਆ ਦੇ ਵਿੱਚ ਸਨਸਕ੍ਰੀਨ ਲਾਉਣੀ ਪੈਂਦੀ ਸੀ ਇੱਥੇ ਆ ਗਈ ਅਨੀਮੀਆ ਖੁਸ਼ਕੀ ਵਾਸਤੇ ਪਾਣੀ ਬੜਾ ਸਾਫ ਨਾ
ਇੱਕ ਤਾਂ ਸ਼ਰਮ ਹੁੰਦਾ ਕੱਲ ਭੰਗੜਾ ਵੀ ਨੀ ਪਾਉਂਦੇ ਅਸੀਂ, ਫਿਰ ਕੀ ਕਰੀਮ ਹੀ ਯਾਰ ਅੱਧੇ ਲੱਗਦੀ ਆ ਸਾਡੇ ਘਰ ਤੋਂ ਗੁਰਦੁਆਰਾ ਸਾਹਿਬ ਤੱਕ 5 ਮਿੰਟ ਦੀ ਹੋ ਗਈ ਸੀ। ਇੱਧਰ ਸ਼ਾਇਦ ਸਕੂਲ ਆ, ਇੱਧਰ ਜੀ ਗੁਰਦੁਆਰਾ ਸਾਹਿਬ, ਗੁਰੂ ਨਾਨਕ ਗੁਰਦੁਆਰਾ ਸਾਹਿਬ। ਹੁਣ ਅੰਦਰ ਚੱਲਦੇ ਦਰਸ਼ਨ ਕਰਦੇ ਹਾਂ। ਹੁਣ ਦਰਬਾਰ ਸਾਹਿਬ ਦਰਸ਼ਨ ਕਰਦੇ ਹਾਂ। ਤੇ ਬਾਬਾ ਜੀ ਕਹਿੰਦੇ ਸੀ ਕਿ ਜਦੋਂ ਇੱਥੇ ਕੋਈ ਨਾ ਹੋਵੇ, ਤੁਸੀਂ ਮੱਥਾ ਟੇਕਣ ਆਉਂਦੇ ਹੋ ਤਾਂ ਉੱਥੇ ਲਿਫਾਫੇ ਪਏ ਹੁੰਦੇ ਆ, ਉਹਨਾਂ ਤੋਂ ਆਪ ਹੀ ਕੜਾਹ ਪਰਛਾ ਲੈ ਸਕਦੇ ਹੋ। ਤੇ ਬੀਬਾ ਕਹਿ ਰਿਹਾ ਕੜਾਹ ਬੜਾ ਸਵਾਦ, ਗੁਰੂ ਘਰ ਦਾ ਫਿਰ ਕੜਾਹ। ਮੈਂ ਕਹਿੰਦਾ ਕਰੀ ਹੋਰ ਲੈਣ ਚੱਲੀਏ। ਬਾਬਾ ਜੀ ਲੰਗਰ ਹਾਲ ਚ ਹੁਣ ਸਾਦਾ ਛਕਦੇ ਹਾਂ। ਹਾਂਜੀ
ਇੱਥੇ ਜਿਹੜੇ ਬਜ਼ੁਰਗ ਆ ਉਹਨਾਂ ਲਈ ਟੇਬਲ ਕੁਰਸੀਆਂ ਲੱਗੀਆਂ ਹੋਈਆਂ ਨੇ ਅਤੇ ਇੱਧਰ ਪੰਗਤ ਆ ਇੱਥੇ ਸੇਫਟੀ ਹੈਗੀ ਜੀ ਇੰਡੀਆ ਵਾਲੀ ਵੀ ਕਈ ਗੱਡੀਆਂ ਹੈਗੀਆਂ ਇੱਥੇ ਪਰ ਕਈਆਂ ਗੱਡੀਆਂ ਨਾਮ ਚੇਂਜ ਹੈਗੀਆਂ ਸੇਮ ਆ ਪਰ ਨਾਮ ਚੇਂਜ ਆ ਉਹਨਾਂ ਦੇ ਹੁਣ ਬਸ ਗੁਰਦੁਆਰਾ ਸਾਹਿਬ ਦਰਸ਼ਨ ਕਰ ਲਿਆ ਹੁਣ ਘਰ ਜਾ ਰਿਹਾ ਹੁਣ ਵਾਪਸ ਘਰ ਆ ਗਿਆ ਹਰਮਨ ਕੰਮ ਤੋਂ ਆ ਗਿਆ ਆਉਂਦੇ ਸੋ ਗਿਆ ਓਏ ਚੱਲ ਸ਼ਨੇ ਤੁਸੀਂ ਸੋ ਗਏ ਜੀ ਤੁਸੀਂ ਸੋ ਗਏ ਜੀ ਲੱਕ ਸਿੱਧਾ ਕਰ ਲਈਏ ਥੋੜ੍ਹਾ ਜਿਹਾ ਚੱਲ ਪੈ ਲੰਮੇ ਅਸੀਂ ਗੱਬੇ ਮੱਥਾ ਟੇਕ ਕੇ ਆਏ ਹਾਂ ਹੁਣ ਜਾਣਾ ਜੀ ਥੱਲੇ ਡੀਜੇ ਬੀਬਾ ਬੈਠਾ ਵਾ ਉਹਨੂੰ ਟੀਵੀ ਦਾ ਰਿਮੋਟ ਜਿਵੇਂ ਉਹਦੇ ਹੱਥ ਹੁੰਦਾ ਨਾਲ ਹੀ ਭਰਾਵਾ ਉਹ ਗਾਣਾ ਗਾਉਂਦੇ ਚੱਲ ਮਰ ਜਾਣਾ ਇਹਨੇ ਅੱਜ ਯਾਰ ਸਭ ਤੋਂ ਮਿਹਨਤੀ ਮੁੰਡਾ ਇਹਨੂੰ ਇੱਕ ਵਾਰੀ ਕਿਹਾ ਚਾਹ ਬਣਾ ਦੇ ਨਾ ਲੱਗ ਗਿਆ ਵੇਲੋ ਆਪੇ ਗੁਰੂ ਘਰੋਂ ਪੀ ਆਇਆ ਵਾ ਸਾਡੇ ਲਈ ਘਰੇ ਆ ਕੇ ਬਣਾ ਰਿਹਾ ਚਾਹ ਦੇਖਦੀ ਚਾਹ ਬਣਾਉਂਦੇ ਤੇਰੇ ਲਈ ਹਲਣਾ ਕਹਿ ਥੋੜੀ ਹੋਰੀ ਬੋਲ ਚਾਹ ਬਣਾਉਂਦੇ ਤੇਰੇ ਲਈ ਕਿਹੜੇ ਹੈੱਡਫੋਨ ਇਹਨਾਂ ਦੇ ਘਰੇ 24 ਘੰਟੇ ਆ ਡੀਜੇ ਚੱਲਦੇ ਹੁੰਦੇ ਜਦੋਂ ਵੇਖੋ ਤੁੜਕੇ 5 ਵਜੇ ਲਾ ਦੂਗੇ ਭਰਾ ਯਾਰ ਸਵੇਰੇ ਮੈਂ 6 ਵਜੇ ਮੇਰੀ ਯਾਦ ਖੁੱਲਦੀ ਆ ਸਵੇਰੇ ਥੱਲੇ ਸਾਨੂੰ ਨਹੀਂ ਉਹ ਗੋੜੋ ਫਾਰ ਖੇਡਦੇ ਮੈਂ ਪਰ ਨਹੀਂ ਕਾਰੀ ਵਾਏ ਇਹ ਬੰਦੇ ਮਾਰਨ ਦੀ ਇਹ ਥੱਲੇ ਗੋੜੋ ਫਾਰ ਰਾਤੀ 3 ਵਜੇ ਆਏ ਉੱਤੇ ਵੇਲਾ ਫਿਰ 6 ਵਜੇ ਥੱਲੇ ਆ ਗਿਆ ਤੇ ਐਂਡ ਕਰਤੀ ਇਹਨਾਂ ਨੇ ਗੋੜੋ ਫਾਰ ਉਹ ਹੁਣ ਗਏ ਨਵੀਂ ਸਿਟੀ ਲੈ ਕੇ ਹੁਣ ਪਲੇ ਸਟੇਸ਼ਨ ਲੈ ਚੱਲੇ ਆ ਉਹ GTA GTA 5 ਖੇਡਾਂਗੇ
ਯਾਰ ਘਰੋਂ ਨਿਕਲਦੇ ਆ, ਸ਼ਾਮਾਂ ਪੈ ਗਈਆਂ ਵਾ, ਸਨਸੈਟ ਹੋ ਗਿਆ, ਤਿੰਨ ਵਜੇ ਆਪਾਂ ਪੂਰੇ ਆ ਗਏ ਸੀ। ਜਿਹੜਾ ਹਰਮਣਾ ਨਾ ਕੀ ਦੱਸੀਏ ਯਾਰ, ਬੜਾ ਚਾਹ ਪੀਣ ਤੇ ਇਹਨੇ ਅੱਧਾ ਘੰਟਾ ਲਾਇਆ ਚਾਹ ਪੀਣ ਤੇ। ਬੀਬੇ ਨੇ 10 ਮਿੰਟ ਦੇ ਵਿੱਚ ਚਾਹ ਬਣਾ ਤੀ, ਅੱਧਾ ਘੰਟਾ ਚਾਹ ਪੀਣ ਤੇ ਲਾਤਾ ਉਹਨੇ। ਹੁਣ ਬੱਸ ਆ ਗਈ ਆ, ਉੱਥੇ ਆਪਾਂ ਫਿਰ ਤੋਂ ਗਰੁੱਪ ਸੇਵਰ ਹਰਮਨ ਵਾਲਾ। ਹੁਣ ਫਿਰ ਤੋਂ ਗਰੁੱਪ ਡੇ ਸੇਵਰ ਲੈ ਲਿਆ ਵਾ, ਹਰਮਨ ਤੋਂ ਟੈਪ ਨਹੀਂ ਕਰਦਾ ਨਾ। ਸੋਹੋ ਰੋਡ ਦਾ ਕਹਿੰਦੇ ਕੱਲ ਚੱਲਾਂਗੇ ਆਪਾਂ। ਸੋਹੋ ਰੋਡ ਨਾ ਗੱਲ ਕਿ ਦਿਨ ਵੇਲੇ ਮਾਹੌਲ ਹੁੰਦਾ ਵਾ, ਨਾਲੇ ਗੁਰਦੁਆਰੇ ਵੀ ਜਾਵਾਂਗੇ। ਅਸੀਂ ਤਾਂ ਹੋਏ ਆ ਵੀਰੇ, ਤੁਸੀਂ ਨਹੀਂ ਅੱਜ ਗਏ? ਦੂਜਾ ਗੁਰਦੁਆਰਾ ਬਹੁਤ ਸੋਹਣਾ ਹੈਗਾ। ਓਕੇ, ਚੌਦਾਂ ਯੂਕੇ ਇੱਕ ਵਾਰੀ। ਅੱਛਾ, ਹੁਣ ਟਾਊਨ ਆ ਗਿਆ ਜੀ। ਸਭ ਤੋਂ ਪਹਿਲਾਂ ਆਏ ਆ ਆਪਾਂ ਗੇਮਿੰਗ ਜ਼ੋਨ। ਕੀ ਨਾਮ ਹੈ ਤੇਰਾ? ਸਾਡੇ ਹੈਗੀ ਆ PS4, GTA 5 ਲੈਣੀ ਆ, ਗੋਡ ਓਵਰ ਰੈਡ ਕਰਤਾ ਹੋਇਆ ਵਾ, ਐਕਸਬੋਕਸ ਆ ਉਹ 4 ਆ। ਤੁਸੀਂ ਸੈਕਿੰਡ ਹੈਂਡ ਇੱਥੇ ਲਿਆਂਦੀ ਸੀ ਨਾ? ਇੱਥੋਂ 42,000 ਦੀ ਇੱਥੇ PS5, ਅਤੇ ਸਾਡੇ ਕੋਲ ਹੈਗੀ ਆ PS4। ਪੱਚੀ ਪੌਂਡ ਦੀ ਨਾਰਮਲ GTA ਆ ਜਿਹੜੀ, ਉਹ ਟੂਰ ਖੇਡਦੇ ਆ ਆਪਾਂ। ਸੈਨ ਐਂਡਰੀਅਸ ਆਏ ਆ, ਸੈਨ ਐਂਡਰੀਅਸ ਆ ਇੱਧਰ ਆਈਫੋਨ ਵੀ ਮਿਲਦੇ ਆ, ਆਈਪੈਡਸ, ਉੱਧਰ ਸਾਰੇ ਗੇਮਿੰਗ ਕੌਨਸੋਲ ਆ। ਪਬਜੀ ਕੌਣ ਖੇਡਦਾ? 3 ਪੌਂਡ ਦੀ ਸਿਰਫ ਆਹ ਲੈ ਲਓ ਯਾਰ, ਉਹ ਸੋ ਗੇਟ ਫੁੱਲ ਡਿਫਰੈਂਟ ਆਫ ਇਟ ਔਰ
ਆ ਮੂਨ ਤੇ ਆ ਵਾਲਾ ਕੈਮਰਾ ਲੈ ਗਈ ਹੈਸਲ ਬਲੇਡ ਦਾ ਆ ਚੱਕਰ 7.5 ਲੱਖ ਦੀ ਬੋੜੀ ਹੈ ਇਹ 7500 ਪਾਉਂਡ ਦੀ ਹੁਣ ਡੀ ਜੇ ਸਟੋਰ ਡਰੋਨ ਟ੍ਰੇਡ ਕਰਨ ਦਾ ਸੋਚਿਆ ਸੀ ਬਟ ਉਹਨਾਂ 300 ਪਾਉਂਡ ਦੇ ਰਹੀ 30,000 ਇੰਡੀਆ ਦਾ 50-60,000 ਦਾ ਇੰਡੀਆ ਵਿਕ ਜਾਣਾ ਕਿਉਂਕਿ ਮੇਰੇ ਕੋਲ ਫਲੈਮਰ ਕੋਂਬੋ ਕਿੱਟ ਵੀ ਹੈਗੀ ਆ ਜਿਹੜਾ 45 ਮਿੰਟ ਫਲਾਈ ਕਰਦਾ ਵਾ ਸੋ ਰਹਿਣ ਤਾਂ ਕੋਈ ਚੱਕਰ ਨਹੀਂ ਆ ਹੁਣ ਐਪਲ ਦੇ ਸਟੋਰ ਆਏ ਹਾਂ ਐਪਲ ਦਾ ਸਟੋਰ ਵੀ ਉੱਥੇ ਬਹੁਤ ਘੈਂਟ ਯਾਰ ਇੰਗਲੈਂਡ ਦੇ ਵਿੱਚ ਆਈਫੋਨ 15 Pro Max ਹੈਗਾ ਵਾ 1600 ਪਾਉਂਡ ਦਾ ਬਟ ਯਾਰ ਜਿਹੜਾ ਐਪਲ ਸਟੋਰ ਬਣਾਇਆ ਨਾ ਇੰਨਾ ਕੁ ਜ਼ਿਆਦਾ ਇਸ਼ਕ ਜੇ ਨਾ ਮਜ਼ਾ ਆਇਆ ਕਣਕ ਲੱਗੀ ਰਹਿੰਦੀ ਹੈ ਨਾ ਘੈਂਟ ਬਾਈ ਬਜ਼ਾਰੇ ਉਹ ਸੈਲਫੀ ਜੀ ਆਪਾਂ ਮੋਲ ਹੁਣ ਆਪਾਂ ਚੱਲੇ ਹਾਂ ਸੈਲਫੀ ਜੀ ਮੋਲ ਕੱਲ੍ਹ ਮੋਲ ਨਹੀਂ ਘੁੰਮੇ ਸੋ ਐਪਲ ਸਟੋਰ ਹੀ ਘੁੰਮੇ ਯਾਰ ਐਪਲ ਸਟੋਰ ਸਿਰਾ ਕਰਾਇਆ ਪਿਆ ਆਹ ਦੇਖਿਓ ਸਾਰੀ ਬਿਲਡਿੰਗ ਐਪਲ ਸਟੋਰ ਦੀ ਆ ਰੇਲਵੇ ਸਟੇਸ਼ਨ ਆਪਣਾ ਘੁੰਮਣਾ ਸਾਹਮਣੇ ਬੁੱਲ ਕਿੰਨਾ ਘੈਂਟ ਬਣਾ ਯਾਰ ਬੰਦਾ ਹੈਡ ਮੂਵ ਕਰਦਾ ਨਾਲ ਨਾਲ ਅੱਖਾਂ ਵੀ ਚੱਲਦਾ ਵੀ ਇਹ ਚਲਾਉਂਦੇ ਨਹੀਂ ਆ ਇੱਥੇ ਕਿੱਥੇ ਚਲਾ ਲੈਂਦੇ ਬਸ ਆਪਾਂ ਮੋਲ ਐਕਸਪਲੋਰ ਕਰ ਰਹੇ ਹਾਂ ਅਤੇ ਹਰਮਿੰਦਰ ਸਿੰਘ ਜਿਹੜੇ ਸਾਹਮਣੇ ਟੀਕੇ ਮੈਕਸ ਨਾ ਇੱਥੇ ਲਾ ਲਓ ਕਿ ਹਰ ਬ੍ਰਾਂਡ ਨਾ ਹਮੇਸ਼ਾ ਔਫ 'ਤੇ ਮਿਲਦਾ ਜਿਵੇਂ ਲਿਖਿਆ ਹੋਇਆ ਆਲਵੇਜ਼ ਅਪ ਟੂ 60% ਔਫ ਸਾਰੇ CK ਨਾਈਕੀ ਰਿਬੋਕ ਸਾਰੇ ਜਿਹੜਾ ਤੁਹਾਨੂੰ ਲੱਭ ਜੇ ਇੱਥੇ ਮਿਕਸ ਬ੍ਰਾਂਡ ਹੁੰਦੇ ਸਾਰੇ ਮਤਲਬ ਕਿ ਲੱਭਣੇ ਪੈਂਦੇ ਜਿਹੜਾ ਮਰਜ਼ੀ ਬ੍ਰਾਂਡ ਲੱਭ ਲਓ ਅਤੇ 60% ਔਫ ਦੇ ਹਿਸਾਬ ਨਾਲ ਮਿਲਦਾ ਹਮੇਸ਼ਾ ਓਰੀਜਨਲ ਪ੍ਰਾਈਸ ਦੇ ਹਿਸਾਬ ਨਾਲ ਓਕੇ ਫਿਰ ਆਪਾਂ ਪਿੱਛੇ ਲਾ ਲਓ ਕਿ ਸਾਨੂੰ ਅੱਧਾ ਘੰਟਾ ਹੋ ਗਿਆ ਐਂਟਰ ਕੀਤੇ ਹਾਂ ਪਿੱਛੋਂ ਘੁੰਮ ਕੇ ਆਏ ਹਾਂ ਹਾਲੇ ਉਹ ਲਾ ਲਓ ਕਿ ਆਪਾਂ 10-20% ਹੀ ਘੁੰਮੇ ਹੋਣੇ ਮੋਲ ਇੰਨਾ ਕੁ ਵੱਡਾ ਹੋਣਾ ਹੈ ਸੈਲਫਰੇਜਿਸ ਤੇ ਗ੍ਰੈਂਡ ਸੈਂਟਰ ਵੀ ਕਹਿੰਦੇ ਪਿੱਛੇ ਗ੍ਰੈਂਡ ਸੈਂਟਰ ਵੀ ਕਿਹਾ ਬੇਸਿਕਲੀ ਕਹਿ ਲਾ ਉਹ ਵੱਖਰਾ ਜਿਹਾ ਸੀ ਕੱਲੀ ਸ਼ਾਪਿੰਗ ਉਹਨੂੰ ਸੈਲਫਰੇਜਿਸ ਕਹਿੰਦੇ ਆ ਓਕੇ ਸ਼ਾਪਿੰਗ ਕੰਪਲੈਕਸ ਕਹਿ ਲਾ ਠੀਕ ਹੈ ਉਹਦਾ ਗ੍ਰੈਂਡ ਸੈਂਟਰ ਲਾ ਹਾਂ ਪੂਰੇ ਮੋਲ ਦਾ ਗ੍ਰੈਂਡ ਸੈਂਟਰ ਹਾਂ ਬੇਟਰ ਕਿੰਨਾ ਹੀ ਹੋਊਗਾ ਇੱਥੇ ਵਰਲਡ ਦੇ ਟੌਪ ਦੇ ਸਾਰੇ ਬ੍ਰਾਂਡ ਹੈਗੇ ਆ ਗੂਚੀ ਐਲਵੀ ਪ੍ਰਾਡਾ ਉਹ ਸਾਹਮਣੇ ਆ ਜਿਹੜੀ ਘੜੀ ਦੇਖ ਰਹੇ ਹੋ 18 ਲੱਖ ਦੀ ਆ 18,000 ਪਾਉਂਡ ਦੀ ਐਡੀ ਕੀ ਘੜੀ ਹੋਵੇ 5,000 ਪਾਉਂਡ ਦੀ ਆਵੇ ਕੋਈ ਕੁਆਲਿਟੀਜ਼ ਵੀ ਹੋਣਗੀਆਂ ਤਾਂ ਹੀ ਇਹਨੇ ਮੈਂ ਡਾਇਮੰਡਸ ਅੱਗੇ ਹੋਣੇ ਨਾ ਉਹਦੇ ਤੇ ਆ ਵੀ ਚੇਂ ਹਰ ਮਨੂੰ ਆਪਾਂ ਹੁਣ ਸ਼ਾਪਿੰਗ ਕਰਨ ਲੱਗੇ ਆ ਉਧਰ ਸਾਹਮਣੇ ਵਿਕਟੋਰੀਆ ਸਟਰੀਟ ਕੀ ਸੈਲਫੀ ਜੀ ਸਲੇ ਟਿੰਨ ਲੱਗਦੇ ਨਹੀਂ ਜੀ ਨਾਈਸ ਫੁੱਲ ਹੈ ਨਾ ਇਹ ਕਲਰ ਤਾਂ ਸਮਝੋ ਆ ਕਰਾ ਸਟੋਰ ਹੋਊਗਾ ਹੁਣ ਇੱਥੇ ਰਿਵਰ ਆਈਲੈਂਡ ਦੇ ਵਿੱਚ ਨਾ ਯਾਰ ਟੌਫੀ ਦੇਖ ਰਹੀ ਤੇ ਹਾਂ ਜਦੋਂ ਆਪਾਂ ਚੇਨ ਪਾਸ ਕਰਦੇ ਨਾ ਮੋਸਟ ਲੋਕਾਂ ਨੇ ਆਹੀ ਵਾਲਾ ਆਈ ਥਿੰਕ ਪਰਫਿਊਮ ਨਾ ਪਾਇਆ ਹੁੰਦਾ ਵੀ ਫ੍ਰੈਗਰੈਂਸ ਇੰਨੀ ਕਿ ਜ਼ਿਆਦਾ ਵਧੀਆ ਨਾ ਯਾਰ ਹੁਣ ਮੈਂ ਸੋਚ ਰਿਹਾ ਕਿ ਆਹ ਬਾਈ ਕਰ ਲਈਏ ਆ ਹੈਗਾ ਵਾ 20 ਪਾਉਂਡ ਦਾ ਤੇ ਇੱਕ ਆਹ ਵਾ
ਇਹਦੀ ਬੋਤਲ ਨਾ ਲੱਗਦੀ ਵੀ ਉਹਦੀ ਸ਼ਰਾਬ ਦੀ ਬੋਤਲ ਹੁੰਦੀ ਮੇਰੇ ਇੱਥੇ ਆਸਟ੍ਰੇਲੀਆ ਵਾਲਾ ਕਾਰਡ ਚੱਲੀ ਜਾਂਦਾ ਟੈਪ ਚੱਲ ਜਾਂਦਾ ਵਾ ਤੇ 10 ਪੈਨੀਆਂ ਦਾ ਬੈਗ ਆ ਤੇ ਹੁਣ ਆਏ ਆ ਜੀ ਕਿਕ ਗੇਮ ਸਟੋਰ ਇੱਥੇ ਸਾਰੇ ਸਨੀਕਰਸ ਨਾਇਕੀ ਦੇ ਉੱਧਰ ਸਾਰੇ ਪ੍ਰੀਮੀਅਮ ਆ ਉੱਧਰ ਟੀ ਸ਼ਰਟਸ ਵੀ ਹੈਗੀਆਂ ਨੇ ਆਹ ਸਾਰੇ ਪ੍ਰੀਮੀਅਮ ਆਰਟੀਕਲ ਜੀ ਲਾ ਲਓ ਕਿ 3-4 ਹਜ਼ਾਰ ਪਾਉਣ ਤੋਂ ਉੱਪਰ ਹੀ ਹੋਣਗੇ ਤਾਂ ਕਰਕੇ ਇਹਨਾਂ ਨੇ ਬੋਕਸ 'ਚ ਅੰਦਰ ਰੱਖੇ ਹੋਏ ਆ ਇੱਕ ਆਪਾਂ ਚੈੱਕ ਕਰੀਏ ਤਾਂ ਇਹਦਾ ਪ੍ਰਾਈਜ਼ ਹੈਗਾ ਵਾ ਆਹ ਦੇਖਿਆ ਤੁਹਾਨੂੰ ਕਿਹਾ ਨਾ 7 ਹਜ਼ਾਰ ਪਾਉਣ ਦਾ 8 ਹਜ਼ਾਰ ਦਾ 8 ਲੱਖ ਰੁਪਏ ਦਾ ਸ਼ੂਜ਼ ਆਏ 8 ਲੱਖ ਰੁਪਏ ਦਾ ਐਲਵੀ ਨਾਲ ਕਲੈਬ ਆ ਬੱਚਿਆਂ ਵਾਲੀ ਵੀ ਹੈਗੀ ਆ ਆਹ ਕਿੰਨਾ ਸੋਹਣਾ ਆਰਟੀਕਲ ਆ ਯਾਰ 8 ਹਜ਼ਾਰ ਪਾਉਣ ਦਾ ਸਹੀ ਹਾਂ ਇੱਥੇ ਪ੍ਰਾਈਜ਼ ਨਹੀਂ ਲਿਖਿਆ ਉੱਥੇ ਲਿਖਿਆ ਨਹੀਂ ਮੈਂ ਖੁਦ ਯਾਰ ਬੀਬੀ ਕਿੰਨੇ ਦਊਗਾ ਕਿਹੜਾ ਪਾਉਣਾ ਦੱਸੋ ਨਹੀਂ ਆਹ ਕਿੰਨੇ ਦਊਗਾ ਭਲਾ 8 ਲੱਖ ਦਾ ਰੋਟੀ ਖਾਧੀ ਆ ਰੋਟੀ ਕਹਿ ਰਿਹਾ ਯਾਰ ਇਹਨਾਂ ਨੂੰ ਵੇਖ ਕੇ ਮੋਟੀਵੇਟ ਹੋਣਾ ਵਾ 600 ਪਾਉਂਡ ਬਾਅਦ ਚ ਆਪਾਂ ਨੂੰ ਨਾ 2-4 ਸਾਲਾਂ ਬਾਅਦ ਸਸਤੇ ਲੱਗਣੇ 60 ਪਾਉਂਡ ਲੱਗਣੇ ਫਿਰ ਆ ਹੈਗਾ ਵਾ ਬਿਲੀਅਨਰ ਬੋਇਜ਼ ਕਲੱਬ BBC 60 ਪਾਉਂਡ ਲੈਣੇ ਜੇ ਸਸਤੇ ਲੈਣੇ ਜਦੋਂ ਵਿਕਣੀ ਨਹੀਂ ਹੈ ਹੁਣ ਇੱਧਰ ਇੱਕ ਸੈਕਸ਼ਨ 'ਚ ਆਏ ਹਾਂ ਇੱਧਰ ਸਾਰੇ ਪ੍ਰੀਮੀਅਮ ਸ਼ੋਰ ਆ ਉੱਧਰ ਕੈਂਜ਼ੋ ਆ ਗਵੈਂਚੀ ਆ ਬੋਸ ਆ ਇੱਧਰ ਬਬਰੀ ਆ ਮੈਂ ਦੇਖ ਲਓ ਉਹਨਾਂ ਨੇ ਆਹ ਲੋਕ ਕਰਕੇ ਰੱਖੀ ਹੋਈਆਂ ਵਾ ਕਿਉਂਕਿ ਆਹ ਬਹੁਤ ਜ਼ਿਆਦਾ ਪ੍ਰੀਮੀਅਮ ਆ ਬਹੁਤ ਜ਼ਿਆਦਾ ਮਹਿੰਗੀਆਂ ਨੇ ਸਾਰੇ ਆਰਟੀਕਲ ਨੂੰ ਆਹ ਤਾਲੇ ਲਾਏ ਹੋਏ ਆ ਇਸ ਵੀ ਕਹਿੰਦਾ ਇਹਨਾਂ ਦੇ ਟੈਗ ਪ੍ਰਾਈਜ਼ ਦੇਖ ਕੇ ਨਾ ਮੈਨੂੰ ਪਿੱਛੋਂ ਆਵਾਜ਼ ਆਉਂਦੀ ਆ ਗਰੀਬ 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 ਇਹਦਾ ਪ੍ਰਾਈਜ਼ ਨਹੀਂ ਲਿਖਿਆ ਲਿਖਿਆ ਨਹੀਂ ਆਇਆ ਚਾਈਨੀਜ਼ 'ਚ ਲਿਖਿਆ ਤੇ ਪੜੋ ਉਸੇ ਆਹ ਲਿਖਿਆ ਅਬਾਊਟ 1300 ਪਾਉਂਡ 1,30,000 ਦੀ ਆਹ ਸਾਰਾ ਸੈਕਸ਼ਨ ਹੈਗਾ ਅਮੀਰੀ ਦਾ ਅਮੀਰੀ ਦੇ ਵੀ ਅੱਜ ਕੱਲ੍ਹ ਬੜੇ ਘੈਂਟ ਆਰਟੀਕਲ ਆਉਂਦੇ ਯਾਰ ਆਹ ਤਾਂ ਫਟੀ ਆ ਥੱਲੇ ਘਰ ਦਿੰਦੇ ਆ ਕਹਿਣਾ ਕੱਪੜੇ ਇੰਨੇ ਮਹਿੰਗੇ ਵੀ ਲੈ ਆਏ ਪਾਟੇ ਲੈ ਆਏ ਆਹ ਟੀ ਸ਼ਰਟ ਅਮੀਰੀ ਦੀ 650 ਪਾਉਂਡ ਦੀ ਆ 70,000 ਦੀ ਇੰਡੀਆ ਦੇ ਆਹ ਵਧੀਆ ਮੌਂਕਲੇਅਰ ਬਲੂ ਜਿਹੜੀ ਸਿੱਧੂ ਬਾਈ ਨੇ ਲੈਵਲ ਗਾਣੇ 'ਚ ਪਾਈ ਆ ਸ਼ਾਇਦ ਇਹੀ ਆ ਲੱਗ ਤਾਂ ਇਹੀ ਰਹੀ ਆ ਯਾਰ ਆਹ ਦੇਖੀ ਓਏ ਹੋਏ ਕੈਮਰਾ ਇੰਨਾ ਜੱਜ ਨਹੀਂ ਕਰ ਰਿਹਾ ਪਰ ਇੰਨਾ ਕੁ ਸੋਹਣਾ ਰੈੱਡ ਕਲਰ ਨਾ ਇਹ ਪੈਸੇ ਤਾਂ ਹੈਗੇ ਪਰ ਸ਼ੂਜ਼ ਵਾਸਤੇ ਨਹੀਂ ਹੈਗੇ ਯਾਰ ਵਰਥ ਨਹੀਂ ਹੈਗੇ ਪੈਸੇ ਇੰਨੇ
ਇਸ ਫੀਲ ਆਪਾਂ ਜੈਕਟ ਦੇਖ ਰਹੇ ਹਾਂ ਸੀਕੇ ਦੀ ਬ੍ਰੋ ਆਈ ਵਾਂਟ ਬਾਏ ਦਿਸ ਫॉर ਯੂ ਚਲ ਲੈਟਸ ਗੋ ਵੇਅਰ ਕਰਨੀ ਆ ਤੂੰ ਵੇਅਰ ਕਰਨੀ ਆ ਹੈ ਜਦੋਂ ਮੈਂ ਇੱਥੇ ਵੇਅਰ ਕਰਨੀ ਡੇਲੀ ਚਲ ਚਲ ਠੀਕ ਹੈ ਡੇਲੀ ਬਿਲਕੁਲ ਜਦੋਂ ਵੀ ਅੰਦਰ ਵਰ ਗਏ ਕਿਤੇ ਰਾਜੀ ਹਾਂ ਕਿੰਨੇ ਦੀ ਆ ਹਾਊ ਮਚ 139 ਨਹੀਂ ਕਰ ਕਿਥੇ ਨੂੰ ਆ ਪਜਾਮਾ ਵਿਖੇ ਯਾਰ ਸੇਮ ਮੇਰੇ ਕੋ ਪਿਆ ਮੈਨੇ ਤਾਂ ਬਾਈ ਕੀਤਾ ਇਹ ਆਈ ਥਿੰਕ 3500 ਦਾ ਇੱਥੇ 29 ਲੱਗਾ ਆ ਇੱਥੇ ਸਿੰਗਲ ਸਿੰਗਲ ਆਰਟੀਕਲ ਲੱਗੇ ਹੁੰਦੇ ਆ ਵੱਡਾ ਸੋਹਣਾ ਹੀ ਚੈਂਪੀਅਨ ਦਾ ਪਰ ਵੱਡਾ ਵੱਡਾ ਨਹੀਂ ਵੱਡਾ ਸਹੀ ਆ ਇੱਥੋਂ ਸਾਡਾ ਵਾਪਸ ਜਾਣ ਦਾ ਘਰ ਪਲਾਨ ਸੀ ਬੱਸ ਲੈ ਕੇ ਬਟ ਫਿਰ ਕਹਿੰਦੇ ਇੱਕ ਗੇੜਾ ਮਾਰ ਹੀ ਹੁੰਦੇ ਆ ਜਰਮਨ ਮਾਰਕੀਟ ਦਾ ਇੱਥੇ ਫੁੱਲ ਰੌਣਕਾਂ ਲੱਗੀਆਂ ਨੇ ਭੰਗੜੇ ਪੈਂਦੇ ਆ ਕੱਲ ਦੀ ਆਪਾਂ ਇਹੀ ਵੇਟ ਕਰ ਰਹੇ ਕਿ ਮੂਸੇ ਵਾਲਾ ਕਿਤੇ ਗਾਣਾ ਲੱਗੇ ਤੇ ਇੰਜੋਏ ਕਰੀਏ ਹੁਣ ਇੱਥੇ ਸਾਨੂੰ ਥੋੜੇ ਜਿਹੇ ਪੰਜਾਬੀ ਬੋਇਜ਼ ਮਿਲੇ ਆ ਲਾ ਲਓ ਕਿ ਬੀਟ ਬੋਕਿੰਗ ਤੇ ਭੰਗੜਾ ਚੱਲਦੇ ਹੁਣ 5 ਪੁਆਇੰਟ ਦੇ ਗਿਆ ਆਪਾਂ ਸਿੱਧੂ ਭਾਈ ਦੇ ਲੈਵਲ ਗਾਣਾ ਲਵਾਇਆ ਵਾ ਸਾਡਾ ਪਤਾ ਨਹੀਂ ਕੱਲ੍ਹ ਦਾ।
ਪਹਿਲਾਂ ਹੀ ਗਾਣਾ ਨਹੀਂ ਹਿਲਾਉਂਦੇ, ਹੁਣ ਰਿਪੀਟ ਤੋਂ ਹੀ ਗਾਣੇ ਲੱਗਣਗੇ। ਇਹ 2 ਪੌਂਡ ਦੇ 5 ਸਮੋਸੇ ਆਏ ਆ, 200 ਦੇ 5 ਭਾਜੀ। ਲਾਗੇ ਬੰਦੇ ਹੁੰਦੇ ਆ, ਕੀ ਕਰਨ ਦੀ ਲਾਗੇ ਕੀ ਕਰੀਏ, ਚਾਹ ਲੈ ਕੇ ਆਉਣੀ ਆ, ਆਪਣਾ ਕੱਪ ਚੁੱਕ ਕੇ ਕਿਹੜਾ ਪੀ ਲੋ। ਸਮੋਸੇ ਖਾਧੇ ਸੀ, ਚਟਨੀਆਂ ਪਸੰਦ ਆ ਗਈਆਂ ਸੀ, ਹੁਣ 4 ਚਟਨੀਆਂ ਪੈਕ ਕਰਾ ਲਈਆਂ ਭਾਈ ਹੋਣਾਂ ਨੇ, ਆਪਣੀ ਬੋਟਲ ਦੇ ਦਿੱਤੀ ਸੀ ਅਤੇ ਚਟਨੀਆਂ ਪੈਕ ਕਰ ਲਓ ਅਤੇ ਹੁਣ ਘਰੇ ਜਾ ਕੇ ਚੋਣਾਂ ਨਾਲ ਖਾਵਾਂਗੇ। ਫਰਾਈਡ ਰਾਈਸ ਬਣਿਆ ਘਰੇ, ਬਹੁਤ ਘੈਂਟ ਸਮੋਸੇ ਸੀ ਯਾਰ, ਇੰਨੇ ਕੁ ਇਸ਼ਕ ਹੈ ਵੀ 2 ਪੌਂਡ ਦੇ 5 ਜੀ। ਇੱਥੋਂ ਦੇ ਹਿਸਾਬ ਨਾਲ ਸਸਤੇ ਆ, ਇੰਡੀਆ ਹਿਸਾਬ ਨਾਲ ਕੰਪੇਅਰ ਕਰੇ ਤਾਂ ਯਾਰ 200 ਰੁਪਏ ਦੇ 5 ਸਮੋਸੇ ਮਹਿੰਗੇ ਲੱਗਦੇ ਆ, ਬਟ ਇੱਥੋਂ ਦੇ UK ਦੇ ਹਿਸਾਬ ਨਾਲ ਬਹੁਤ ਵਧੀਆ ਪ੍ਰਾਈਸ 'ਤੇ ਸੀ। ਮਜ਼ਾ ਆ ਗਿਆ ਯਾਰ, ਕੁਛ ਨਹੀਂ ਖਾਧਾ ਉੱਥੇ, ਟਾਊਨ ਗਏ ਸੀ ਯਾਰ, ਬਰਗਰ ਕਿੰਗ ਮੈਂ ਐਡੀ ਖਾ ਬੋਰ ਹੋ ਗਏ ਆ। ਹੋਪ ਕਰਦੇ ਕਿ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਾ ਹੋ, ਜੇ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਅਤੇ ਮਿਲਦੇ ਤੁਹਾਨੂੰ ਅਗਲੇ ਵਲੋਗ 'ਚ। ਟੈਲਨ ਬਾਬਾ ਟੇਕਰ, ਕੱਲ੍ਹ ਹੀ ਜਾਣਾ ਵਾ, ਕੱਲ੍ਹ ਵੀਕਐਂਡ ਆ ਅਤੇ ਕਲੱਬ ਕਲੁਬ ਦਾ ਪਲੈਨ ਆ, ਬਾਕੀ ਯਾਰ ਦੋਸਤ ਆ ਰਹੇ ਆ ਉਹਨਾਂ ਨਾਲ ਘੁੰਮਾ ਫਿਰਾਂਗੇ। ਸੋ ਮਿਲਦੇ ਤੁਹਾਨੂੰ ਅਗਲੇ ਵਲੋਗ 'ਚ, ਬਾਏ ਬਾਏ, ਰੱਬ ਰੱਖ। ਹੋਏ ਹੱਥ ਨਾ ਬੀਬੇ, ਹੱਥ ਨਾ ਕਰ ਹਾਂ ਤੈਨੂੰ ਦੱਸਾਂ ਮੈਂ। ਆਹ ਤਾਂ 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 ਆਹ